ਸਰ ਹੁਣ ਤੱਕ ਕਿੰਨੇ ਪੋਜ਼ਿਟਿਵ ਪੇਸ਼ੈਂਟ ਤੁਹਾਡੇ ਕੋਲ ਆ ਗਏ? ਸਾਡੇ ਕੋਲ ਹੁਣ ਤੱਕ ਟੋਟਲ ਜਲੰਧਰ ਸੰਬੰਧਿਤ 60 ਕੇਸ ਜਿਹੜੇ ਹੋ ਚੁੱਕੇ ਆ। ਤੇ ਸਰ ਇੱਕ ਟਵੀਟ ਵੀ ਕੀਤਾ ਗਿਆ ਸਪੈਸ਼ਲ ਐਡੀਸ਼ਨਲ ਆਪਣੇ ਚੀਫ ਸੈਕਟਰੀ ਹੈਗੇ ਨੇ ਕੇਵੀ ਸਿੱਧੂ ਜੀ, ਉਹਨਾਂ ਵੱਲੋਂ ਬਾਠ ਆਏ ਨੇ, ਇਹ ਡਿਫਰੈਂਸ ਕਿੱਥੇ? ਉਹਦੇ ਬਾਰੇ ਮੈਂ ਨਹੀਂ ਕੁਝ ਕਹਿ ਸਕਦਾ, ਲੇਕਿਨ ਸਾਡੇ ਕੋਲ ਜੋ ਹੁਣ ਤੱਕ ਰਿਪੋਰਟ ਆ, ਹੁਣੇ ਹੁਣੇ ਸਾਨੂੰ ਘੰਟਾ ਡੇਢ ਪਹਿਲਾਂ 6 ਪੋਜ਼ਿਟਿਵ ਮਰੀਜ਼ਾਂ ਦੀ ਰਿਪੋਰਟ ਹੁਣੇ ਮਿਲੀ ਹੈ। ਇਹ ਸਰ ਕੰਟੈਕਟ ਕੇਸਿਸ ਆ ਸਾਰੇ? ਹਾਂਜੀ ਹਾਂਜੀ, ਸਾਰੇ ਕੰਟੈਕਟ ਕੇਸਿਸ ਆ, ਕੋਈ ਇੰਡੀਪੈਂਡੈਂਟ ਨਹੀਂ ਹੈ। ਇਹਦੇ ਨਾਲ ਹੁਣ ਕੋਈ ਜਿੱਦਾਂ ਜਲੰਧਰ 'ਚ ਹੌਟਸਪੌਟ ਬੰਦਾ ਜਾ ਰਿਹਾ, ਕੋਈ ਸੁਨੇਹਾ ਦੇਣਾ ਚਾਹੋਗੇ ਤੁਸੀਂ? ਮੈਂ ਫਿਰ ਇਹ ਕਹਾਂਗਾ ਕਿ ਇਹ ਕਿਉਂਕਿ ਅਸੀਂ ਕਾਫੀ ਕੰਟੈਕਟ ਟ੍ਰੇਸ ਕਰਕੇ ਨੰਬਰ ਆਫ ਸੈਂਪਲ ਸਾਡਾ ਬਹੁਤ ਜ਼ਿਆਦਾ ਹੈ, ਜਦੋਂ ਨੰਬਰ ਆਫ ਸੈਂਪਲ ਜ਼ਿਆਦਾ ਹੋਏਗਾ ਤਾਂ ਫਿਰ ਕੰਟੈਕਟ ਪੋਜ਼ਿਟਿਵ ਵੀ ਵਿੱਚੋਂ ਨਿਕਲਣਗੇ। ਸੁਨੇਹਾ ਮੇਰਾ ਇਹੀ ਰਹੇਗਾ ਵੀ ਸੋਸ਼ਲ ਡਿਸਟੈਂਸਿੰਗ ਨੂੰ ਹੁਣ ਬਹੁਤ ਹੀ ਜ਼ਰੂਰੀ ਔਰ ਪੱਕੇ ਤੌਰ 'ਤੇ ਅਪਣਾਉਣ ਦੀ ਲੋੜ ਹੈ, ਕਿਉਂਕਿ ਜਿਵੇਂ ਹੁਣ ਕਿ ਨੰਬਰ ਆਫ ਕੇਸਿਸ ਵੱਧ ਰਹੇ ਆਪਾਂ ਸਾਰੇ ਜਾਣਦੇ ਹਾਂ, ਜੇ ਅਸੀਂ ਸੋਸ਼ਲ ਡਿਸਟੈਂਸਿੰਗ ਦਾ ਧਿਆਨ ਨਹੀਂ ਰੱਖਾਂਗੇ ਤਾਂ ਦਿਨ ਅਸੀਂ ਇਨਵਾਈਟ ਕਰਾਂਗੇ ਕਰੋਨਾ ਨੂੰ ਸਾਡੇ ਵੱਲ ਆਉਣ ਵਾਸਤੇ। ਹੌਟਸਪੌਟ ਬੰਦਾ ਜਾਏਗਾ ਜਲੰਧਰ? ਬਿਲਕੁਲ ਜੀ, ਨੰਬਰ ਆਫ ਜੇ ਅਸੀਂ ਧਿਆਨ ਨਹੀਂ ਕਰਾਂਗੇ ਫਿਰ ਤਾਂ ਇੱਕ ਹੈ ਹੀ ਹੈ ਵੀ ਅਸੀਂ ਇਨਵੀਟੇਸ਼ਨ ਦੇ ਰਹੇ ਹਾਂ ਕਰੋਨਾ ਨੂੰ। ਬਿਲਕੁਲ ਜੀ, ਮੈਂ ਉਹੀ ਗੱਲ ਕਹਿ ਰਿਹਾ, ਸਭ ਤੋਂ ਪਹਿਲਾਂ ਸੋਸ਼ਲ ਡਿਸਟੈਂਸਿੰਗ, ਉਸ ਤੋਂ ਬਾਅਦ ਜਿਵੇਂ ਦੱਸਦੇ ਵੀ ਹੱਥ ਨਹੀਂ ਮਿਲਾਉਣਾ, ਇੱਕ ਦੂਜੇ ਨੂੰ ਦੂਰੋਂ ਹੀ ਗ੍ਰੀਟ ਕਰਨਾ, ਆਪਣੇ ਹੱਥ ਜਿਹੜੇ ਹੈ ਮੂੰਹ ਨੂੰ ਨੱਕ ਨੂੰ ਅੱਖਾਂ ਨੂੰ ਨਹੀਂ ਛੂਹਣਾ, ਔਰ ਥੋੜ੍ਹੀ ਥੋੜ੍ਹੀ ਦੇਰ ਬਾਅਦ ਜਿਹੜੀ ਹੈਂਡ ਸੈਨੀਟਾਈਜੇਸ਼ਨ ਹੈ ਇਹਨੂੰ ਜ਼ਰੂਰ ਫੋਲੋ ਕਰਨਾ।